ਗੋਦ ਵਿੱਚ ਬੈਠ ਕੇ ਅਸੀਂ ਭਾਈ ਕੁਲਵੀਰ ਸਿੰਘ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ। ਅਸੀਂ ਭਾਈ ਸਾਹਿਬ ਜੀ ਤੋਂ ਸ਼ਮਾ ਦੇ ਯਾਚਕ ਹਾਂ ਕਿ ਅੱਜ ਉਹਨਾਂ ਨੂੰ ਘੱਟ ਟਾਈਮ ਦੇ ਸਕੇ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਅਸੀਂ ਗੁਰਦੁਆਰੇ ਵਿੱਚ ਬੈਠੀਏ। ਅੱਜ ਸਮਾਪਤੀ ਤੋਂ ਉਪਰੰਤ ਨਿਸ਼ਾਨ ਸਾਹਿਬ ਜੀ ਦੇ ਚੋਲਿਆਂ ਦੀ ਸੇਵਾ ਕੀਤੀ ਜਾਣੀ ਹੈ, ਜੋ ਕਿ ਖਹਿਰਾ ਪਰਿਵਾਰ ਸਰਬਜੀਤ ਸਿੰਘ ਖਹਿਰਾ ਆਪਣੇ ਪੁੱਤਰ ਅਰਮਾਨ ਸਿੰਘ ਜੀ ਖਹਿਰਾ ਦੇ ਜਨਮ ਦੀ ਖੁਸ਼ੀ ਵਿੱਚ ਕਰਵਾ ਰਹੇ ਨੇ। ਸਮੂਹ ਖਹਿਰਾ ਪਰਿਵਾਰ ਵੱਲੋਂ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਉਹ ਨਿਸ਼ਾਨ ਸਾਹਿਬ ਜੀ ਦੀ ਚੋਲਿਆਂ ਦੀ ਸੇਵਾ ਦੇ ਵਿੱਚ ਹਿੱਸਾ ਲੈਣ। ਅਤੇ ਹੁਣ ਭਾਈ ਸੋਮਾ ਸਿੰਘ ਜੀ ਦਾ ਜਥਾ ਸਾਨੂੰ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।